ਬਰਦਾਸ਼ਤ ਜਿਹੜੀ ਸਾਡੀ ਸ਼ਕਤੀ ਉਹ ਖਤਮ ਹੈ। ਅਸੀਂ ਇੱਥੋਂ ਪਰ ਬਿਲਕੁਲ ਮੱਕੇ ਤੋਂ ਪਰੇ ਪਰੇ ਉਜਾੜ ਹੈ ਨਾ ਸਾਡੀ ਅਨੰਦਪੁਰ ਸਾਹਿਬ ਆ ਕੇ ਤੁਸੀਂ ਹੁੱਲੜਬਾਜ਼ੀ ਕਰਦੇ ਹੋ, ਗੰਦ ਪਾਉਂਦੇ ਹੋ ਟਰੈਕਟਰਾਂ ਦੇ ਉੱਤੇ ਜਿਹੜੇ ਗੰਦੇ ਗੀਤ ਲਾ ਕੇ ਅਤੇ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਦੇ ਆਲੇ ਦੁਆਲੇ ਗੇੜਾ ਦਿੰਦੇ ਘੁੰਮਦੇ ਸੀਗੇ ਜੀ। ਬਾਬਾ ਜੀ ਤੁਸੀਂ ਇੱਦਾਂ ਗਰਮ ਹੋਣ ਡੇ, ਬਾਬਾ ਜੀ ਤੁਹਾਨੂੰ ਚੰਗਾ ਨਹੀਂ ਲੱਗਦਾ ਕਹਿਣ ਵਾਲੇ ਕਹਿੰਦੇ ਆ, ਪਰ ਸਾਡੀ ਬਰਦਾਸ਼ਤ ਦੀ ਹੱਦ ਪਾਰ ਹੋ ਚੁੱਕੀ ਆ ਹੁਣ। ਘਰਦਿਆਂ ਬਜ਼ੁਰਗਾਂ ਨੂੰ ਬੇਨਤੀ ਆ ਵੀ ਬਜ਼ੁਰਗੋ ਤੁਹਾਨੂੰ ਹੱਥ ਬੰਨ ਕੇ ਬੇਨਤੀ, ਆਪਣੇ ਬੱਚਿਆਂ ਨੂੰ ਸਮਝਾ ਕੇ ਭੇਜਿਓ ਇਸ ਵਾਰ। ਜੇ ਤੁਸੀਂ ਸਮਝਾ ਕੇ ਬੰਦਿਆਂ ਵਾਂਗੂ ਭੇਜ ਦਿਓਗੇ ਠੀਕ ਆ, ਨਹੀਂ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਉਹ ਪਹਿਲੀ ਬੇਨਤੀ ਮੈਂ ਕਰਦੇ ਵਾਂ ਕਿ ਇਹ ਵੀਡੀਓ ਨੂੰ ਇੰਨੀ ਕੁ ਸ਼ੇਅਰ ਕਰ ਦਿਓ ਕਿ ਹਰ ਇੱਕ ਉਹ ਹੁੱਲੜਬਾਜ਼ ਤੱਕ ਇਹ ਵੀਡੀਓ ਪਹੁੰਚ ਜਾਵੇ ਕਿ ਜਿਨ੍ਹਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਆਣ ਕਰਕੇ ਮਹੱਲੇ ਦੇ ਉੱਤੇ ਟਰੈਕਟਰਾਂ ਦੇ ਉੱਤੇ ਸਲੈਂਸਰ ਲਾ ਕੇ, ਵੱਡੇ ਸਪੀਕਰ ਲਾ ਕੇ ਅਤੇ ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਬੁਲਟਾਂ ਦੇ ਪਟਾਕੇ ਮਰਵਾਉਣੇ, ਇਹ ਚੀਜ਼ਾਂ ਨੂੰ ਲੈ ਕਰਕੇ ਗੁਰਸਿੱਖਾਂ ਵੱਲੋਂ, ਸਿੰਘਾਂ ਵੱਲੋਂ, ਨਿਹੰਗ ਸਿੰਘ ਫੌਜਾਂ ਵੱਲੋਂ ਗੁਰਮਤੇ ਕੀਤੇ ਗਏ ਨੇ। ਸੋ ਮੈਂ ਸੁਚੇਤ ਕਰ ਦੇਵਾਂ ਉਹਨਾਂ ਹੁੱਲੜਬਾਜ਼ਾਂ ਨੂੰ, ਉਹ ਲੁੰਡ ਪਾਰਟੀ ਨੂੰ, ਉਹ ਫੁਕਰਿਆਂ ਨੂੰ, ਕਿਉਂਕਿ ਸਾਡੇ ਤੋਂ ਹੋਰ ਕੋਈ ਜਵਾਬ ਨਹੀਂ ਹੈਗਾ ਇਹਨਾਂ ਦੇ ਲਈ, ਹੋਰ ਕੋਈ ਸਾਡੇ ਕੋਲ ਇਹਨਾਂ ਦੇ ਲਈ ਕੋਈ ਸ਼ਬਦ ਐਸਾ ਹੈਗਾ ਨਹੀਂ ਵੀ ਜਿਹੜਾ ਉਹ ਸ਼ਬਦ ਅਸੀਂ ਇਹਨਾਂ ਲਈ ਵਰਤੀਏ ਕਿ ਇਹ ਬਹੁਤ ਸਿਆਣੇ ਨੇ ਜੀ, ਇਹ ਪੰਜਾਬ ਦੇ ਪੁੱਤ ਨੇ ਜੀ, ਇਹ ਸ਼੍ਰੀ ਅਨੰਦਪੁਰ ਸਾਹਿਬ ਜਾਂਦੇ ਨੇ ਅਤੇ ਇਹ ਬੜੇ ਸੁਚੱਜੇ ਨੇ ਜੀ, ਇਹ ਮੱਥਾ ਟੇਕਣ ਜਾਂਦੇ ਨੇ ਜੀ, ਇਹ ਦਰਸ਼ਨ ਬਿਲਕੁਲ ਨਹੀਂ ਦਰਸ਼ਨ ਕਰਨ ਜਾਂਦੇ ਲੋਕ। ਜੇ ਇਹਨਾਂ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨਾਲ ਪਿਆਰ ਹੋਵੇ ਤਾਂ ਕੀ ਇਹ ਟਰੈਕਟਰਾਂ ਦੇ ਉੱਤੇ ਸਪੀਕਰ ਲਾ ਕੇ ਗਾਣੇ ਲਾ ਕੇ ਜਾਣ? ਜੇ ਇਹਨਾਂ ਲੋਕਾਂ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਪਿਆਰ ਹੋਵੇ ਤਾਂ ਕੀ ਇਹ ਹੁੱਲੜਬਾਜ਼ੀ ਕਰਨ ਉੱਥੇ ਜਾ ਕੇ? ਮੈਂ ਤੁਹਾਨੂੰ ਯਾਦ ਕਰਾ ਦੇਵਾਂ, ਸ਼ੁਰੂ ਦੇ ਵਿੱਚ ਹੀ ਭਾਈ ਪ੍ਰਦੀਪ ਸਿੰਘ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਸਾਡੇ ਨੇੜੇ ਪਿੰਡ ਆ, ਉਹ ਅਨੰਦਪੁਰ ਸਾਹਿਬ ਹੁੱਲੜਬਾਜ਼ੀ ਰੋਕਦੇ ਸੀਗੇ, ਫੁਕਰੇ ਬੰਦਿਆਂ ਨੂੰ ਰੋਕਦੇ ਸੀਗੇ ਜਿਹੜੇ ਹੁੱਲੜਬਾਜ਼ ਸੀਗੇ ਟਰੈਕਟਰਾਂ ਦੇ ਉੱਤੇ ਜਿਹੜੇ ਗੰਦੇ ਗੀਤ ਲਾ ਕੇ ਅਤੇ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਦੇ ਆਲੇ ਦੁਆਲੇ ਗੇੜਾ ਦਿੰਦੇ ਘੁੰਮਦੇ ਸੀਗੇ, ਤੁਹਾਨੂੰ ਸ਼ਾਇਦ ਯਾਦ ਹੋਣਾ। ਉਹਨਾਂ ਹੁੱਲੜਬਾਜ਼ਾਂ ਨੂੰ ਰੋਕਿਆ ਭਾਈ ਪ੍ਰਦੀਪ ਸਿੰਘ ਨੇ ਅਤੇ ਭਾਈ ਪ੍ਰਦੀਪ ਸਿੰਘ ਨੂੰ ਕੀ ਕੀਤਾ? ਇਕੱਲਾ ਸਿੰਘ ਸੀ ਨਾ ਉਹ, ਸਿੰਘ ਨੇ ਪਹਿਲਾਂ ਚਲੋ ਵਾਰ ਕੀਤਾ, ਜਦੋਂ ਇਹਨਾਂ ਨੇ ਅੱਗਿਓਂ ਵਾਰ ਕੀਤਾ ਫਿਰ ਸਿੰਘ ਨੇ ਵੀ ਵਾਰ ਕੀਤੇ। ਹਾਂਜੀ, ਮਹਾਰਾਣੀ ਸ਼ਾਸਤਰ ਦਿੱਤੇ, ਮਹਾਰਾਜ ਕਹਿੰਦੇ ਬਿਨਾਂ ਸ਼ਾਸਤਰ ਕੇ ਸਿੰਘ ਨਰੰਗ ਭੇਡ ਜਾਨੂ। ਮਹਾਰਾਜ ਨੇ ਭੇਡ ਦੀ ਨਿਆਈ ਦੱਸਿਆ ਵਾ, ਕੌਣ ਭੇਡ ਦੀ ਨਿਆਈ ਆ ਭਾਈ? ਭੇਡ ਦੀ ਨਿਆਈ ਉਹ ਬੰਦਾ ਜਿਹਦੇ ਕੋਈ ਸ਼ਾਸਤਰ ਨਹੀਂ, ਜਿਹੜਾ ਗੁਰੂ ਵਾਲਾ ਨਹੀਂ, ਜਿਹੜਾ ਨਗੁਰਾ। ਮਹਾਰਾਜ ਕਹਿੰਦੇ ਸਤਿਗੁਰ ਬਾਜੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਗੁਰਾ। ਫਿਰ ਨਗੁਰੇ ਬੰਦੇ ਟਿੰਡਾ ਕੱਢ ਕੇ ਘੋਣ ਮੋਣ ਸਾਰੇ ਨਹੀਂ, ਪਰ ਤਕਰੀਬਨ 99% ਉਹ ਲੋਕ ਨੇ ਜਿਹੜੇ ਹੁੱਲੜਬਾਜ਼ੀ ਕਰਨ ਜਾਂਦੇ ਨੇ। ਭਾਈ ਪ੍ਰਦੀਪ ਸਿੰਘ ਨੇ ਉਹਨਾਂ ਨੂੰ ਰੋਕਿਆ ਅਤੇ ਭਾਈ ਪ੍ਰਦੀਪ ਸਿੰਘ ਦਾ ਸ਼ਰੇਆਮ ਕਤਲ ਕੀਤਾ ਗਿਆ ਉਸ ਸਿੰਘ ਦਾ। ਅਤੇ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਸਿੱਧੇ ਤੌਰ 'ਤੇ, ਸਾਡੇ ਵੱਲ ਗੁਰਮਤਾ ਹੋ ਚੁੱਕਿਆ, ਗੁਰਮਤਾ ਕਰ ਚੁੱਕੇ ਨੇ ਸਿੰਘ ਆਪਣੇ, ਸਾਡੇ ਤੋਂ ਪਹਿਲਾਂ ਬਹੁਤ ਟਾਈਮ ਅਸੀਂ ਬਰਦਾਸ਼ਤ ਕੀਤਾ। ਜਿੱਦਣ ਭਾਈ ਪ੍ਰਦੀਪ ਸਿੰਘ ਦੀ ਜਿਹੜੀ ਲੋਤ ਸੀ ਨਾ, ਜਿਹੜਾ ਸਰੀਰ ਸੀ, ਘਰ ਆਇਆ ਸੀਗਾ, ਅਸੀਂ ਉਸ ਦਿਨ ਸਿਵੇ 'ਤੇ ਖੜ੍ਹ ਕੇ ਉੱਥੇ ਜਕਾਰਾ ਛੱਡ ਕੇ
ਉਧਰ ਪ੍ਰਣ ਕੀਤਾ ਸੀਗਾ ਵੀ ਅਨੰਦਪੁਰ ਸਾਹਿਬ ਹੁੱਲੜਬਾਜ਼ੀ ਤੁਸੀਂ ਕਰਿਓ ਆ ਕੇ, ਅਗਾਂਹ ਤੋਂ ਤੁਸੀਂ ਆਇਓ, ਜਿਨ੍ਹਾਂ ਨੇ ਇਹ ਕੰਮ ਕੀਤਾ ਤੁਸੀਂ ਵੀ ਆਇਓ ਅਤੇ ਨਾਲ ਆਪਦੇ ਜਿਹੜੇ ਯਾਰ ਦੋਸਤ ਸਾਥੀ ਜਿਹੜੇ ਹੁੱਲੜਬਾਜ਼ ਉਹਨਾਂ ਨੂੰ ਵੀ ਲੈ ਕੇ ਆਇਓ ਅਤੇ ਤਕੜੇ ਹੋ ਕੇ ਆਇਓ। ਜੇ ਤੁਸੀਂ ਪਿਓ ਦੇ ਪੁੱਤ ਹੋ ਅਤੇ ਆ ਮੈਨੂੰ ਵੀਡੀਓ ਦੇ ਰਾਹੀਂ ਜਵਾਬ ਦਿਓ ਅਤੇ ਟਾਈਮ ਰੱਖ ਲਿਓ ਵੀ ਤੁਸੀਂ ਆਉਣਾ ਕਿੱਥੇ, ਅਨੰਦਪੁਰ ਸਾਹਿਬ ਦੇ ਕਿਹੜੇ ਏਰੀਏ 'ਚ ਆਉਂਗੇ, ਕਿੱਧਰ ਆਉਂਗੇ। ਇਕੱਲੇ ਤੁਸੀਂ ਨਹੀਂ, ਹੋਰ ਵੀ ਹੁਲੜਬਾਜ਼ ਜਿਹੜੇ ਨੇ ਟਰੈਕਟਰਾਂ ਦੇ ਵੱਡੇ ਵੱਡੇ ਸਪੀਕਰ ਲਾ ਕੇ ਆਉਂਦੇ ਨੇ, ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਹੁਲੜਬਾਜ਼ ਆਉਂਦੇ ਨੇ। ਜਦੋਂ ਨਿਹੰਗ ਸਿੰਘ ਕੋਈ ਸਿੰਘ ਰੋਕਦਾ, ਭਾਈ ਪ੍ਰਦੀਪ ਸਿੰਘ ਸੀਗਾ ਇਕੱਲਾ, ਉਹ ਪਤਾ ਨਹੀਂ ਨਿਮਰਤਾ ਵਰਤ ਗਿਆ ਤੁਹਾਡੇ ਨਾਲ, ਪਰ ਐਤਕੀ ਅਸੀਂ ਨਹੀਂ ਨਿਮਰਤਾ ਵਰਤਣੀ ਤੁਹਾਡੇ ਨਾਲ, ਸਿੱਧੇ ਤੌਰ 'ਤੇ ਚੇਤਾਵਨੀ ਦਿੰਦੇ ਹਾਂ ਤੁਹਾਨੂੰ, ਬੰਦਿਆਂ ਵਾਂਗੂ ਆਇਓ। ਮੈਂ ਪਰਿਵਾਰਾਂ ਨੂੰ ਪਹਿਲਾਂ ਬੇਨਤੀ ਕਰ ਦੇਵਾਂ ਉਹਨਾਂ ਦੀ, ਤੁਹਾਨੂੰ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਸਾਡੇ ਵੱਲੋਂ, ਪਰਿਵਾਰਾਂ ਨੂੰ, ਬਜ਼ੁਰਗਾਂ ਨੂੰ, ਆਪਦੇ ਬੱਚਿਆਂ ਨੂੰ ਸਾਂਭ ਕੇ ਭੇਜਿਓ। ਬਾਅਦ ਵਿੱਚ ਸਾਡੇ ਤੋਂ ਬਰਦਾਸ਼ਤ ਇਹ ਗੱਲ ਨਹੀਂ ਹੋਣੀ ਅੱਗੇ, ਅਸੀਂ ਬਰਦਾਸ਼ਤ ਕਰ ਲਈ, ਸਾਡਾ ਸਿੰਘ ਚੜ੍ਹਾਈ ਕੀਤਾ, ਸਾਡਾ ਸਿੰਘ ਤੁਸੀਂ ਮਾਰਿਆ, ਇਹਦੇ ਤੋਂ ਬਾਅਦ ਸਾਡੇ ਕੋਲ ਬਰਦਾਸ਼ਤ ਦੀ ਹੱਦ ਤੋਂ, ਇਹਦੇ ਤੋਂ ਬਾਅਦ ਬਰਦਾਸ਼ਤ ਜਿਹੜੀ ਸਾਡੀ ਸ਼ਕਤੀ ਉਹ ਖਤਮ ਆ। ਅਸੀਂ ਇੱਥੋਂ ਪਰਾਂ ਬਿਲਕੁਲ ਮੱਕੇ ਤੋਂ ਪਰੇ ਉਜਾੜ ਆ ਨਾ ਸਾਡੀ, ਅਨੰਦਪੁਰ ਸਾਹਿਬ ਆ ਕੇ ਤੁਸੀਂ ਹੁੱਲੜਬਾਜ਼ੀ ਕਰਦੇ ਹੋ, ਗੰਦ ਪਾਉਂਦੇ ਹੋ, ਉੱਥੇ ਤਾਸ਼ਾਂ ਖੇਡਦੇ ਹੋ, ਜੂਆ ਖੇਡਦੇ ਹੋ ਆ ਕੇ ਟਰਾਲੀਆਂ ਦੇ ਵਿੱਚ ਬੈਠ ਕੇ, ਤੁਸੀਂ ਐਤਕੀ ਆਇਓ ਅਤੇ ਤਕੜੇ ਹੋ ਕੇ ਆਇਓ, ਆਪਦੇ ਘਰ ਦੱਸ ਕੇ ਆਇਓ ਕਿ ਅਸੀਂ ਵਾਪਸ ਨਹੀਂ ਆਉਣਾ, ਕਿਉਂਕਿ ਸਾਡਾ ਮੱਥਾ ਜਿਹੜਾ ਹੁਣ ਅਕਾਲੀ ਫੌਜਾਂ ਨਾਲ, ਨਿਹੰਗ ਸਿੰਘ ਫੌਜਾਂ ਦੇ ਨਾਲ ਲੱਗਣਾ ਐਤਕੀ ਮੱਥਾ, ਅਸੀਂ ਬਹੁਤ ਬਰਦਾਸ਼ਤ ਕਰ ਚੁੱਕੇ ਹਾਂ। ਇੱਥੇ ਬਹੁਤਾ ਕੋਈ ਸਾਨੂੰ ਲਾਈਵ ਦੇ ਉੱਤੇ ਕੋਈ ਬਹੁਤਾ ਸਿਆਣਾ ਐਵੇਂ ਨਾ ਕੋਈ ਆ ਕਿਤੇ ਸਿਆਣਪ ਘੋਟੇ ਜੀ, ਬਾਬਾ ਜੀ ਤੁਸੀਂ ਇੱਦਾਂ ਗਰਮ ਹੋਣ ਡੇ, ਬਾਬਾ ਜੀ ਤੁਹਾਨੂੰ ਚੰਗਾ ਨਹੀਂ ਲੱਗਦਾ ਕਹਿਣ ਵਾਲੇ ਕਹਿੰਦੇ ਆ, ਪਰ ਸਾਡੀ ਬਰਦਾਸ਼ਤ ਦੀ ਹੱਦ ਪਾਰ ਹੋ ਚੁੱਕੀ ਆ। ਹੁਣ ਤੁਸੀਂ ਸਿੰਘ ਮਾਰਿਆ, ਪ੍ਰਦੀਪ ਸਿੰਘ ਨੂੰ ਮਾਰਿਆ ਨਾ, ਘੇਰਾ ਪਾ ਕੇ ਗਿੱਦੜਾਂ ਨੇ, ਅਸੀਂ ਆਵਾਂਗੇ ਐਤ ਕਿ ਤੁਸੀਂ ਆਇਓ। ਹੁੱਲੜਬਾਜ਼ਾਂ ਨੂੰ ਵੀ ਮੈਂ ਵਾਰ ਵਾਰ ਚੇਤਾਵਨੀ, ਸਿੱਧੇ ਤੌਰ 'ਤੇ ਚੇਤਾਵਨੀ ਦਿੰਦਾ, ਜਿਹਨੂੰ ਕਿਸੇ ਨੂੰ ਕੋਈ ਕਿਸੇ ਦੇ ਵਿੱਚ ਕੋਈ ਕਣ ਹੈਗਾ, ਕੋਈ ਤੜ ਹੋਵੇ, ਆ ਕੇ ਸਾਨੂੰ ਮਿਲੇ ਆ ਕੇ। ਇੱਕ ਨਹੀਂ, ਬਹੁਤ ਨੁਕਸਾਨ ਕਰਾਏ ਨੇ। ਅਸੀਂ ਖੁਦ ਪਿੱਛੇ 2 ਕੁ ਸਾਲ ਦੀ ਗੱਲ ਹੈ, ਅਨੰਦਪੁਰ ਸਾਹਿਬ ਗਏ ਹਾਂ ਅਸੀਂ, ਬਹੁਤ ਜ਼ਿਆਦਾ ਬੰਦੇ ਕੁੱਟੇ ਇੰਨਾ, ਫਿਰ ਅਸੀਂ ਸਿੱਧਾ ਆਖਾਂਗੇ ਸਲੋਤਰ ਬਹੁਤ ਫੇਰਿਆ ਫੇਰਾਂਗੇ ਐਤਕੀ ਵੀ। ਬੰਦੇ ਕੀ ਕਰਦੇ ਨੇ, ਟਰਾਲੀਆਂ ਲੈ ਕੇ ਜਾਂਦੇ ਨੇ, ਟਰਾਲੀਆਂ ਦੇ ਵਿੱਚ ਟਰੈਕਟਰਾਂ ਪਿੱਛੇ ਟਰਾਲੀਆਂ ਪਾਈਆਂ ਨੇ, ਤਰਪਾਲਾਂ ਸੁੱਟ ਕੇ ਵਿੱਚ ਤਾਸ਼ ਖੇਡਦੇ ਨੇ, ਜੂਆ ਖੇਡਦੇ ਨੇ। ਤੁਸੀਂ ਆਉਂਦੇ ਕੀ ਕਰਨ ਹੋਏ, ਤੁਸੀਂ ਅਨੰਦਪੁਰ ਸਾਹਿਬ ਲੈਣ ਕੀ ਆਉਂਦੇ ਹੋ, ਉਹ ਮੇਲਾ ਮੇਲਾ ਨਹੀਂ, ਉਹ ਜੋੜ ਮੇਲ ਆ, ਤੁਸੀਂ ਕੀ ਲੈਣ ਆਉਂਦੇ ਹੋ। ਜੇ ਤੁਹਾਨੂੰ ਗੁਰੂ ਸਾਹਿਬ ਦੇ ਨਾਲ, ਕਲਗੀਧਰ ਪਾਤਸ਼ਾਹ ਦੇ ਨਾਲ ਪ੍ਰੇਮ ਹੋਵੇ, ਤੁਸੀਂ ਤਾਸ਼ ਖੇਡੋ ਆ ਗਏ ਹੋਏ ਉੱਥੇ, ਤੁਸੀਂ ਜੂਏ ਖੇਡੋ ਆ ਗਏ ਉੱਥੇ, ਤੁਹਾਨੂੰ ਸ਼ਰਮ ਕਿਉਂ ਨਹੀਂ ਆਉਂਦੀ। ਅਤੇ ਵੱਡੇ ਬੇਸ਼ਰਮ ਉਹ ਨੇ ਜਿਹੜੇ ਆਪਦੇ ਬੱਚਿਆਂ ਨੂੰ ਪੈਸੇ ਦੇ ਕੇ ਟਰੈਕਟਰਾਂ ਦੇ ਉੱਤੇ ਮੋਡੀਫਾਈ ਕਰਾਉਣ ਨੂੰ 4-4, 5-5 ਲੱਖ ਲਾ ਕੇ ਤੁਸੀਂ ਮੋਡੀਫਾਈ ਕਰਾ ਕੇ ਆਪਣੇ ਬੱਚਿਆਂ ਨੂੰ ਪਹਿਲਾਂ ਟਰੈਕਟਰ ਦਿੰਦੇ ਹੋ, ਗਲਤ ਰਾਹੀਂ ਖੁਦ ਤੋਰਦੇ ਹੋ। ਤੁਹਾਡਾ ਕਸੂਰ ਸਭ ਤੋਂ ਵੱਡਾ, ਬੱਚੇ ਦਾ ਪਰਵਰਿਸ਼ ਕਰਨ ਵਾਲਾ ਜਿਹੜਾ ਮਾਂ ਪਿਓ ਆ ਨਾ, ਜਦੋਂ ਉਹ ਗਲਤ ਰਾਹ ਤੋਰੇਗਾ ਨਾ ਬੱਚੇ ਨੂੰ, ਜਦੋਂ ਉਹ ਬੱਚਿਆਂ ਨੂੰ ਪੈਸੇ ਦੇ ਕੇ ਗਲਤ ਰਾਹ ਪਾਊਗਾ, ਬੁੱਟ ਲੈ ਕੇ ਦਿੰਦੇ ਹੋ, ਤੁਹਾਡੇ ਘਰੇ ਵੜਦੇ ਆ ਬੱਚੇ, ਤੁਹਾਨੂੰ ਨਹੀਂ ਪਤਾ ਕੀ ਕਰ ਰਹੇ ਆ। ਜਦੋਂ ਟਰੈਕਟਰਾਂ ਦੇ ਵੱਡੇ ਵੱਡੇ ਸਪੀਕਰ ਲਾ ਕੇ ਤੁਹਾਡੇ ਘਰਾਂ ਦੇ ਵਿੱਚ ਆਉਂਦੇ ਨੇ, ਤੇ ਤੁਹਾਨੂੰ ਤੁਸੀਂ ਪੁੱਛਦੇ ਕਿਉਂ ਨਹੀਂ ਬੱਚਿਆਂ ਨੂੰ ਬਈ। ਮਾਵਾਂ ਨੂੰ ਬੇਨਤੀ ਆ, ਪਿਓਾਂ ਨੂੰ, ਘਰਦਿਆਂ ਬਜ਼ੁਰਗਾਂ ਨੂੰ ਬੇਨਤੀ ਆ ਵੀ ਬਜ਼ੁਰਗੋ, ਤੁਹਾਨੂੰ ਹੱਥ ਮਾਰ ਕੇ ਬੇਨਤੀ, ਆਪਣੇ ਬੱਚਿਆਂ ਨੂੰ ਸਮਝਾ ਕੇ ਭੇਜਿਓ ਇਸ ਵਾਰ। ਜੇ ਤੁਸੀਂ ਸਮਝਾ ਕੇ ਬੰਦਿਆਂ ਵਾਂਗੂ ਭੇਜ ਦੋਗੇ ਠੀਕ ਆ, ਨਹੀਂ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਭਾਈ, ਅਸੀਂ ਬਰਦਾਸ਼ਤ ਨਹੀਂ ਕਰਨਾ ਫਿਰ, ਗੋਟਾ ਕੀ ਗਿੱਟਾ ਕੀ ਅਤੇ ਗਾਟਾ ਕੀ, ਸਾਡੇ ਤੋਂ ਇਹ ਬਰਦਾਸ਼ਤ ਬਹੁਤ ਕਰ ਚੁੱਕੇ ਹਾਂ, ਹੁਣ ਨਹੀਂ, ਇਸ ਤੋਂ ਪਰਾਂ ਨਹੀਂ।